ਸਾਡੇ ਪਿੰਡ ਦੇ ਨਾਲ ਲੱਗਦੇ ਬਿਲਕੁਲ ਭਾਖੜਾ ਨਹਿਰ ਲੰਘਦੇ ਆ। ਭਾਖੜਾ ਮੇਨ ਨਹਿਰ ਇਹ ਜਦੋਂ ਪਿਛਲੀ ਵਾਰ ਜੁਲਾਈ 'ਚ ਹੜ੍ਹਾਂ ਦਾ ਮਾਹੌਲ ਬਣਿਆ ਉਦੋਂ ਵੀ ਨਹਿਰ ਟੁੱਟਣ ਲਗਭਗ ਟੁੱਟਣ ਦੇ ਕਿਨਾਰੇ ਸੀਗੀ। ਉਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਅਸੀਂ ਮਿੱਟੀ ਥੈਲੇ ਲਾ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸਰਪੰਚ ਸਾਹਿਬ ਨੇ ਦੱਸਿਆ ਵੀ ਇੱਥੇ ਬੜਾ ਹਾਦਸਾ ਹੋ ਸਕਦਾ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਪਤਾ ਨਹੀਂ ਪ੍ਰਸ਼ਾਸਨ ਇਹ ਚਾਹੁੰਦਾ ਵੀ ਕਿ ਬੜਾ ਹਾਦਸਾ ਹੋਵੇ ਫਿਰ ਅਸੀਂ ਮੁਆਵਜ਼ਾ ਲਾਨੀਏ ਫਿਰ ਅਖਬਾਰਾਂ 'ਚ ਵੱਡੀਆਂ ਵੱਡੀਆਂ ਖਬਰਾਂ ਲੱਗਣਗੀਆਂ ਅਤੇ ਅਸੀਂ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਵੱਧ ਤੋਂ ਵੱਧ ਧਿਆਨ ਦੇਵੇ। ਸਾਡੇ ਪਿੰਡ ਦੀ ਬਿਲਕੁਲ ਜੜ 'ਚ ਨੂੰ ਭਾਖੜਾ ਮੇਨ ਲਾਈਨ ਜਿਹੜੀ ਹੈਗੀ ਆ ਕ੍ਰੋਸ ਕਰਦੀ ਹੈ ਉਹ ਜਮ੍ਹਾਂ ਪਿੰਡ ਦੇ ਬੰਨੇ ਦੇ ਨਾਲ ਪਿੰਡ ਵਾਲੇ ਪਾਸੇ ਤੋਂ ਟੁੱਟਣ ਦਾ ਉਹਦਾ ਖਦਸ਼ਾ। ਪਹਿਲਾਂ ਵੀ ਉਹ ਪਿੰਡ ਵਾਸੀਆਂ ਨੇ ਉਹਦੀ ਰਿਪੇਅਰ ਦਾ ਕੰਮ ਆਪਣੇ ਜਿੰਮੇ ਲੈ ਕੇ ਸਰਪੰਚ ਸਾਹਿਬ ਦੀ ਸਹਾਇਤਾ ਨਾਲ ਕੀਤਾ ਪਰ ਹੁਣ ਵੀ ਉਹ ਫਿਰ ਉੱਥੇ ਤੋਂ ਉਹ ਥੈਲੇ ਖਰਕੇ ਅਤੇ ਨਾਲ ਸਲੈਬਾਂ ਵੀ ਖਰ ਚੁੱਕੀਆਂ ਨੇ ਅਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਇਹਦਾ ਧਿਆਨ ਦੇਣਾ ਚਾਹੀਦਾ। ਨਹਿਰ ਦਾ ਦੇਖੋ ਕਿੰਨਾ ਬੁਰਾ ਹਾਲ ਹੈ, ਨਹਿਰ ਦੇ ਵਿੱਚ ਦਰਖਤ ਖੜ੍ਹੇ ਨੇ ਔਰ ਲੋਕਾਂ 'ਚ ਇੰਨਾ ਸਹਿਮ ਪਾਇਆ ਜਾ ਰਿਹਾ ਹੈ ਕਿ ਅਗਰ ਇਹ ਨਹਿਰ ਕਿਤੋਂ ਵੀ ਟੁੱਟਦੀ ਹੈ ਤਾਂ ਇਹਦਾ ਪਾੜ ਪੂਰਨਾ ਵੀ ਬਹੁਤ ਮੁਸ਼ਕਿਲ ਹੋ ਜਾਣਾ ਹੈ। ਸੋ ਨਹਿਰ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਪੱਕੇ ਮੁਲਾਜ਼ਮ ਜਿਹੜੇ ਹੈਗੇ ਨੇ ਨਹਿਰ ਦੀ ਦੇਖਭਾਲ ਤੱਕ ਹਰ 5 ਕਿਲੋਮੀਟਰ ਲਈ ਪੱਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਜਿਹੜੇ ਦਿਨ ਰਾਤ ਨਹਿਰ ਦੀ ਦੇਖਭਾਲ ਕਰਨ।